वाहिगुरु जी का खालसा, वाहिगुरु जी की फतेह। पहरेदार चैनल देख रहे दर्शकों का मैं रीना रत्तू स्वागत करती हाँ। हाजिर हाँ थोड़े लिए अज का मुद्दा प्रोग्राम लैके। साड़ा अज का मुद्दा है सिख प्रचारक रागियां ढाडियां कथावाचकों वालों अज बादल की कोठी के घिराओ के लिए फतेहगढ़ साहिब तो चंडीगढ़ वाल कूच किया गया। सवेर तो लैके हूँ तक की वापरिया साड़ा अज का मुद्दा इस संबंधी साढ़े नाल स्टूडियो मौजूद ने पहरेदार के मुख संपादक सरदार जसपाल सिंह हेरा जी। भी जी वाहिगुरु जी का खालसा, वाहिगुरु जी की फतेह। सिख प्रचारकों ने अज बादल नूं खून का प्याला देना सी। सवेर तो लैके शाम तक की कुछ वापरिया साढ़े दर्शकों नूं विस्तार सहित जानना पाओ। बीबा जिस तरह तुसीं गल कीती आ कि अज जिहड़े सिख कौम दे प्रचारक ने, चाहे वह संत महापुरश ने, चाहे वह रागी ढाडी ने, चाहे वह कथावाचक ने, चाहे होर सिख विद्वान ने जिहड़े कौम का प्रचार कर रहे ने, इन्हां सारिआं वल्लों जिस दिन बरगाड़ी शहीदां निमित्त श्रद्धांजलि समारोह होया सी उहदे च जिहड़े 9 मते पास किए गए सी उहदे च जिहड़ा सब तो पहला प्रोग्राम दिता गया सी उह इन्हां सिख प्रचारकां वल्लों सी कि इह 30 तरीक वाले दिन 30 अक्तूबर वाले दिन बादल की कोठी जाके उहनूं अपने खून का प्याला जिहड़ा उह देणगे, ताकि इह मतलब एक प्रतीक सी कि इह कौम दे जिहड़े प्रचारक ने ਇਹ ਬਾਦਲ ਨੂੰ ਕਹਿਣਗੇ ਕਿ ਤੂੰ ਕੌਮ ਦਾ ਖੂਨ ਆ ਜਿਹੜਾ ਉਹ ਬਹੁਤ ਪੀ ਲਿਆ, ਹੁਣ ਅਸੀਂ ਤੈਨੂੰ ਆਪਣਾ ਖੂਨ ਆ ਜਿਹੜਾ ਉਹ ਪੇਸ਼ ਕਰਨਾ ਹੈ। ਸੋ ਇਹ ਉਸ ਦਿਨ ਬਰਗਾੜੀ ਦੇ ਵਿੱਚ ਐਲਾਨ ਕੀਤਾ ਗਿਆ ਪ੍ਰੋਗਰਾਮ ਸੀ। ਸੋ ਉਸ ਪ੍ਰੋਗਰਾਮ ਐਲਾਨੇ ਪ੍ਰੋਗਰਾਮ ਅਨੁਸਾਰ ਅੱਜ ਸਵੇਰੇ ਫਤਿਹਗੜ੍ਹ ਸਾਹਿਬ ਵਿਖੇ ਇਹਨਾਂ ਸਾਰੇ ਸਿੱਖ ਪ੍ਰਚਾਰਕਾਂ ਦਾ, ਜਿਨ੍ਹਾਂ ਵਿੱਚ ਜਿਨ੍ਹਾਂ ਦੀ ਅਗਵਾਈ ਆਪਣੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ ਅਤੇ ਸੰਤ ਦਾਦੂਵਾਲ ਅਤੇ ਹੋਰ ਜਿਹੜੇ ਮਤਲਬ ਪ੍ਰਚਾਰਕ ਸੀ ਉਹਨਾਂ ਵੱਲੋਂ ਕੀਤੀ ਗਈ। ਅਤੇ ਫਤਿਹਗੜ੍ਹ ਸਾਹਿਬ ਤੋਂ ਇਹ ਤਕਰੀਬਨ ਕੋਈ 500 ਪ੍ਰਚਾਰਕ ਜਿਹਦੇ ਵਿੱਚ ਰਾਗੀ ਢਾਡੀ ਕਥਾਵਾਚਕ ਹੋਰ ਸਾਰੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਪ੍ਰਚਾਰਕ ਸਾਡੀ ਕੌਮ ਦੇ ਉਹ ਸ਼ਾਮਿਲ ਸੀ, ਉਹ ਸਾਰੇ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਏ। ਅਤੇ ਜਦੋਂ ਉਹ ਗੁਰਦੁਆਰਾ ਅੰਬਰਸਰ ਸਾਹਿਬ ਜਿਹੜਾ ਮੋਹਾਲੀ ਆ ਉੱਥੇ ਇਕੱਠੇ ਹੋਏ, ਅਤੇ ਉੱਥੋਂ ਫਿਰ ਉਹਨਾਂ ਨੇ ਆਪਣੇ ਜਿਹੜੀਆਂ ਗੱਡੀਆਂ ਵਗੈਰਾ ਛੱਡ ਕੇ ਪੈਦਲ ਚੰਡੀਗੜ੍ਹ ਬਾਦਲ ਦੀ ਕੋਠੀ ਵੱਲ ਉਹਨਾਂ ਨੇ ਮਾਰਚ ਸ਼ੁਰੂ ਕੀਤਾ। ਜਿਵੇਂ ਪਹਿਲਾਂ ਹੀ ਪਤਾ ਸੀ ਕਿ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਉਸ ਬਾਰਡਰ 'ਤੇ, ਜਿਹੜਾ ਮੋਹਾਲੀ ਤੋਂ ਚੰਡੀਗੜ੍ਹ ਵਿੱਚ ਅਸੀਂ ਦਾਖਲ ਹੁੰਦੇ ਹਾਂ, ਉਸ ਬਾਰਡਰ 'ਤੇ ਉਹਨਾਂ ਨੂੰ ਰੋਕ ਲਿਆ, ਅਤੇ ਉਹ ਸਾਰੇ ਉੱਥੇ ਹੀ ਧਰਨਾ ਲਾ ਕੇ ਬੈਠ ਕੇ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਆ ਜਿਹੜਾ ਉਹ ਸ਼ੁਰੂ ਕੀਤਾ। ਅਤੇ ਉਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਪੰਜਾਬ ਦਾ ਵਿੱਤ ਮੰਤਰੀ ਆ, ਅਤੇ ਉਹਦੇ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜਾ MP ਆ, ਅਤੇ ਉਹਦੇ ਨਾਲ ਚਰਨਜੀਤ ਸਿੰਘ ਬਰਾੜ ਆ ਜਿਹੜਾ ਇਸ ਵੇਲੇ ਸੁਖਬੀਰ ਬਾਦਲ ਦਾ ਸਲਾਹਕਾਰ ਆ, ਮੀਡੀਆ ਸਲਾਹਕਾਰ ਆ, ਉਹ ਤਿੰਨੋਂ ਬਾਦਲ ਦਲ ਦੇ ਆਗੂ ਸੀ ਜਿਹੜੇ ਉਹ ਇਹਨਾਂ ਕੋਲ ਪਹੁੰਚੇ। ਅਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ, ਉਹ ਮੰਗਾਂ ਦਾ ਚਾਰਟਰ ਆ ਜਿਹੜਾ ਮੰਗ ਪੱਤਰ ਲੈ ਕੇ ਉਹ ਬਾਦਲ ਕੋਲ ਵਾਪਸ ਗਏ। ਅਤੇ ਉਸ ਤੋਂ ਬਾਅਦ ਇਹ ਗੱਲ ਸੀ ਜਿਹੜੀ ਮੰਗਾਂ ਦੀ ਗੱਲ ਸੀ ਉਹਦੇ 'ਤੇ ਵਿਚਾਰ ਵਟਾਂਦਰਾ ਹੁੰਦਾ ਰਿਹਾ, ਪਰੰਤੂ ਹੁਣ ਤੱਕ ਜਿਹੜੀਆਂ ਸਾਡੇ ਕੋਲ ਰਿਪੋਰਟਾਂ ਆਈਆਂ ਨੇ ਇਸ ਵੇਲੇ ਤੱਕ ਕਿ ਉਹ ਧਰਨਾ ਜਿਹੜਾ ਉਸ ਥਾਂ 'ਤੇ ਜਾਰੀ ਆ। ਸਰਕਾਰ ਵੱਲੋਂ ਜਿਹੜੀਆਂ ਮੰਗਾਂ ਸਿੱਖ ਪ੍ਰਚਾਰਕਾਂ ਵੱਲੋਂ ਸਰਕਾਰ ਨੂੰ ਪੇਸ਼ ਕੀਤੀਆਂ ਗਈਆਂ ਨੇ, ਉਹਨਾਂ ਮੰਗਾਂ ਬਾਰੇ ਸਰਕਾਰ ਆ ਜਿਹੜਾ ਉਹ ਹਾਂ ਪੱਖੀ ਜਿਹੜਾ ਹੁੰਗਾਰਾ ਉਹ ਨਹੀਂ ਭਰ ਰਹੀ। ਪਹਿਲੀ ਮੰਗ ਜਿਹੜੀ ਇਹਨਾਂ ਨੇ ਕੀਤੀ ਆ ਕਿ ਜਿਹੜੇ ਸਾਡੇ 2 ਸਿੱਖ ਨੌਜਵਾਨ ਮੁੰਡੇ ਅੰਮ੍ਰਿਤਧਾਰੀ, ਜਿਨ੍ਹਾਂ 'ਤੇ ਦੋਸ਼ ਲਾਇਆ ਗਿਆ ਕਿ ਜਿਹੜਾ ਬਰਗਾੜੀ ਕਾਂਡ ਹੋਇਆ, ਗੁਰੂ ਸਾਹਿਬ ਦੇ ਅੰਗਾਂ ਦਾ ਕਤਲੇਆਮ ਹੋਇਆ, ਉਹਦੇ ਦੋਸ਼ੀ ਨੇ ਜਿਹੜੇ ਉਹ ਭਾਈ ਰੁਪਿੰਦਰ ਸਿੰਘ ਖਾਲਸਾ ਅਤੇ ਉਹਦਾ ਭਰਾ ਵਾ ਜਿਹੜਾ ਜਤਿੰਦਰ ਸਿੰਘ ਖਾਲਸਾ, ਉਹ ਦੋਨੋਂ ਜਸਵਿੰਦਰ ਸਿੰਘ ਖਾਲਸਾ ਉਹ ਦੋਨੋਂ ਨੇ। ਸੋ ਉਹ ਇਸ ਵੇਲੇ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਨੇ। ਸੋ ਇਹ ਮੰਗ ਹੈ ਕਿ ਉਹ ਦੋਨਾਂ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਅਤੇ ਜਿਹੜੀ ਸਰਕਾਰ ਨੇ ਗੱਲ ਕੀਤੀ ਹੋਈ ਆ ਕਿ ਉਹਨਾਂ ਦਾ ਜਿਹੜਾ ਲਾਈ ਡਿਟੈਕਟਰ ਆ, ਜਿਹੜਾ ਮਤਲਬ ਉਹਨਾਂ ਦਾ ਜਿਹੜਾ ਝੂਠ ਬੋਲਣ ਵਾਲਾ ਇੱਕ ਜਿਹੜਾ ਟੈਸਟ ਹੁੰਦਾ, ਜਦੋਂ ਸਰਕਾਰ ਚਾਹੂਗੀ ਉਸ ਵੇਲੇ, ਇਹਨਾਂ ਨੇ ਸਿੱਖ ਪ੍ਰਚਾਰਕਾਂ ਨੇ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਜਦੋਂ ਸਰਕਾਰ ਚਾਹੂਗੀ ਉਦੋਂ ਅਸੀਂ ਉਹਨਾਂ ਮੁੰਡਿਆਂ ਨੌਜਵਾਨ ਮੁੰਡਿਆਂ ਨੂੰ ਪੇਸ਼ ਕਰ ਦਾਂਗੇ, ਉਹਨਾਂ ਦਾ ਟੈਸਟ ਆ ਜਿਹੜਾ ਉਹ ਕਰਵਾਇਆ ਜਾ ਸਕਦਾ। ਤੋ ਅਗਲਾ ਜਿਹੜਾ ਕਿ ਉਹ ਜਿਹੜੇ ਜਿਨ੍ਹਾਂ ਨੇ 2 ਸਿੰਘ ਸ਼ਹੀਦ ਕੀਤੇ ਨੇ ਜਿਹੜੇ ਪੁਲਿਸ ਵਾਲਿਆਂ ਨੇ, ਸੋ ਉਹਨਾਂ ਪੁਲਿਸ ਵਾਲਿਆਂ 'ਤੇ ਜਿਹੜਾ ਪਰਚਾ
302 ਦਾ ਉਹ ਬਾਈ ਨੇਮ ਉਹਨਾਂ ਦੇ ਨਾਮ 'ਤੇ ਜਿਹੜਾ ਉਹ ਦਰਜ ਹੋਣਾ ਚਾਹੀਦਾ। ਸੋ ਇਹਨਾਂ ਮੰਗਾਂ ਨੂੰ ਲੈ ਕੇ ਮਤਲਬ ਦੋਨੇ ਪਾਸੇ ਜਿਹੜੇ ਸਾਡੇ ਸਿੱਖ ਪ੍ਰਚਾਰਕ ਨੇ, ਸੰਤ ਮਹਾਂਪੁਰਸ਼ ਨੇ, ਰਾਗੀ ਢਾਡੀ ਕਥਾ ਵਾਚਕ ਨੇ, ਉਹ ਸਾਰੇ ਆਪਣੀ ਥਾਂ ਡਟੇ ਹੋਏ ਨੇ। ਅਤੇ ਸਰਕਾਰ ਆ ਜਿਹੜੀ ਉਹ ਹਾਲੇ ਇਸ ਗੱਲ ਦਾ ਹਾਂ ਪੱਖੀ ਹੁੰਗਾਰਾ ਨਹੀਂ ਭਰ ਰਹੀ ਅਤੇ ਵਿੱਚ ਵਿਚਕਾਰਲਾ ਰਾਹ ਵਾ ਜਿਹੜਾ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਧਰਨਾ ਉਸੇ ਤਰ੍ਹਾਂ ਜਾਰੀ ਆ, ਸਰਕਾਰ ਨਾਲ ਗੱਲਬਾਤ ਆ ਜਿਹੜੀ ਉਹ ਵੀ ਉਸੇ ਤਰ੍ਹਾਂ ਜਾਰੀ ਆ। ਦੋ ਵਾਰ ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ ਅਤੇ ਚਰਨਜੀਤ ਸਿੰਘ ਬਰਾੜ ਜਿਨ੍ਹਾਂ ਦੀ ਮੈਂ ਤਿੰਨ ਬਾਦਲਕਿਆਂ ਦੀ ਗੱਲ ਕੀਤੀ ਆ, ਇਹ ਦੋ ਵਾਰ ਉਹਨਾਂ ਕੋਲ ਉੱਥੇ ਧਰਨੇ 'ਤੇ ਆ ਕੇ ਵੀ ਬੈਠ ਚੁੱਕੇ ਨੇ, ਲੰਬਾ ਸਮਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਚੁੱਕੇ ਨੇ ਅਤੇ ਵਾਪਸ ਬਾਦਲ ਦੀ ਕੋਠੀ ਜਾ ਕੇ ਉੱਥੇ ਵੀ ਵਿਚਾਰ ਵਟਾਂਦਰਾ ਕਰ ਚੁੱਕੇ ਨੇ। ਸੋ ਹਾਲੇ ਨਤੀਜਾ ਜਿਹੜਾ ਉਹ ਸਾਡੇ ਸਾਹਮਣੇ ਨਹੀਂ ਆਇਆ ਅਤੇ ਸਿੱਖ ਪ੍ਰਚਾਰਕ ਨੇ ਜਿਹੜੇ ਇਹ ਅਗਲਾ ਫੈਸਲਾ ਕੀ ਕਰਦੇ ਨੇ ਇਹ ਵੀ ਹਾਲੇ ਸਾਡੇ ਕੋਲ ਸਾਹਮਣੇ ਨਹੀਂ ਆਇਆ। ਫਿਲਹਾਲ ਜਿਹੜਾ ਉੱਥੇ ਧਰਨਾ ਚੰਡੀਗੜ੍ਹ ਅਤੇ ਮੋਹਾਲੀ ਦੇ ਬਾਰਡਰ 'ਤੇ ਉਹ ਨਿਰੰਤਰ ਜਾਰੀ ਹੈ। ਅਸੀਂ ਉਮੀਦ ਕਰ ਸਕਦੇ ਹਾਂ ਕਿ ਸਿੱਖ ਪ੍ਰਚਾਰਕ ਆਪਣੀਆਂ ਤਿੰਨਾਂ ਮੰਗਾਂ 'ਤੇ ਪੂਰਾ ਡਟਮਾ ਪਹਿਰਾ ਦੇਣਗੇ ਅਤੇ ਪੱਕੇ ਪੈਰੀ ਸਥਿਰ ਰਹਿਣਗੇ, ਜਾਂ ਫਿਰ ਬਾਦਲ ਵੱਲੋਂ ਆਨਾ ਬਹਾਨੀ ਕਰਨ 'ਤੇ ਮਾਮਲਾ ਰਫਾ ਦਫਾ ਹੋ ਜਾਵੇਗਾ। ਦੇਖੋ ਬੀਬਾ, ਹੁਣ ਤੱਕ ਜਿਹੜਾ ਸਵੇਰ ਤੋਂ ਲੈ ਕੇ ਹੁਣ ਸ਼ਾਮ ਤੱਕ ਦਾ ਘਟਨਾ ਕ੍ਰਮ ਹੈ ਜਿਹੜਾ, ਉਹਦੇ ਤੋਂ ਇਹ ਲੱਗਦਾ ਕਿ ਜਿਹੜੇ ਇਹ ਸਿੱਖ ਪ੍ਰਚਾਰਕ ਨੇ ਜਿਹੜੀਆਂ ਇਹਨਾਂ ਦੀਆਂ ਤਿੰਨ ਮੰਗਾਂ ਨੇ ਉਹਦੇ 'ਤੇ ਡਟ ਕੇ ਪਹਿਰਾ ਦੇਣਗੇ, ਉਸ ਗੱਲ 'ਤੇ ਡਟੇ ਹੋਏ ਨੇ ਕਿ ਦੋਸ਼ੀ ਗ੍ਰਿਫਤਾਰ ਕਰਨੇ ਨੇ। ਜਿਹੜੇ ਸਾਡੇ ਦੋ ਨੌਜਵਾਨ ਅੰਮ੍ਰਿਤਧਾਰੀ ਸਿੰਘ ਨੇ ਜਿਹੜੇ ਦੋਸ਼ੀ ਮੰਨ ਕੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਰਿਹਾਅ ਕਰਨਾ ਅਤੇ ਪੁਲਿਸ ਵਾਲਿਆਂ 'ਤੇ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਨਾਂ 'ਤੇ ਪਰਚਾ ਦਰਜ ਕਰਨਾ। ਸੋ ਇਹ ਤਿੰਨ ਮੰਗਾਂ ਨੇ ਜਿਹੜੀਆਂ, ਇਹਨਾਂ ਵਿੱਚੋਂ ਜਿਹੜੀ ਗੁੰਝਲਦਾਰ ਇਸ ਵੇਲੇ ਸਥਿਤੀ ਪੈਦਾ ਹੋ ਗਈ ਆ, ਉਹ ਸਿਰਫ ਜਿਹੜੇ ਦੋ ਨੌਜਵਾਨ ਰੁਪਿੰਦਰ ਸਿੰਘ ਖਾਲਸਾ ਅਤੇ ਉਹਦਾ ਭਰਾ ਜਸਵਿੰਦਰ ਸਿੰਘ, ਉਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਜਾ ਰਹੀ ਆ। ਸਿੱਖ ਪ੍ਰਚਾਰਕਾਂ ਵੱਲੋਂ ਕਿਹਾ ਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਆ ਕਿ ਉਹ ਉਹਨਾਂ ਨੂੰ ਤੁਰੰਤ ਆ ਜਿਹੜਾ ਰਿਹਾਅ ਕਰਨ ਦਾ ਐਲਾਨ ਕਰ ਸਕਦਾ। ਸੋ ਦੂਜੇ ਪਾਸੇ ਜਿਹੜੀ ਸਰਕਾਰ ਆ ਉਹ ਕਹਿ ਰਹੀ ਹੈ ਕਿਉਂਕਿ ਇਹ ਮਸਲਾ ਅਦਾਲਤ 'ਚ ਜਾ ਚੁੱਕਾ, ਹਾਂਜੀ, ਸੋ ਇਸ ਕਾਰਨ ਸਰਕਾਰ ਦਾ ਅਧਿਕਾਰ ਖੇਤਰ ਹੀ ਨਹੀਂ ਕਿ ਉਹਨਾਂ ਨੂੰ ਰਿਹਾਅ ਕਰ ਦੇਵੇ। ਸੋ ਇਹ ਜਿਹੜਾ ਫੈਸਲਾ ਇਹ ਅਦਾਲਤ 'ਚ ਹੋਣਾ ਅਤੇ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ 'ਚ ਲਾਉਣ ਅਤੇ ਉਹ ਉਹਨਾਂ ਨੂੰ ਜ਼ਮਾਨਤ 'ਤੇ ਰਿਹਾਅ ਕਰਵਾਉਣ। ਸਿੱਧਾ ਜਿਹੜਾ ਮੁੱਖ ਮੰਤਰੀ ਆ ਉਹ ਇਹਨਾਂ ਨੂੰ ਰਿਹਾਅ ਨਹੀਂ ਕਰ ਸਕਦਾ, ਸਰਕਾਰ ਇਹ ਬਹਾਨੇਬਾਜ਼ੀ ਕਰ ਰਹੀ ਆ ਅਤੇ ਸਿੱਖ ਪ੍ਰਚਾਰਕ ਨੇ ਉਹ ਇਸ ਗੱਲ 'ਤੇ ਡਟੇ ਹੋਏ ਨੇ ਕਿ ਅਸੀਂ ਮਤਲਬ ਧਰਨਾ ਉਦੋਂ ਤੱਕ ਜਾਰੀ ਰੱਖਾਂਗੇ ਕਿ ਜਦੋਂ ਤੱਕ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਸੋ ਇਹ ਸਾਡੇ ਸਾਹਮਣੇ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ ਕਿ ਦੋਨੇ ਧਿਰਾਂ ਨੇ ਜਿਹੜੀਆਂ ਉਹ ਆਪਣੇ ਸਟੈਂਡ 'ਤੇ ਹੀ ਬਜਿੱਦ ਰਹਿੰਦੀਆਂ ਨੇ ਜਾਂ ਕੋਈ ਵਿੱਚ ਵਿਚਕਾਰਲਾ ਰਸਤਾ ਲੱਭ ਕੇ ਇਸ ਗੱਲ ਨੂੰ ਜਿਸ ਤਰ੍ਹਾਂ ਪਹਿਲਾਂ ਕੀਤਾ ਗਿਆ ਇਸ ਗੱਲ ਨੂੰ ਥੋੜ੍ਹਾ ਅੱਗੇ ਤੋਰਿਆ ਜਾਂਦਾ। ਜੀ, ਇਹ ਪਹਿਲੀ ਵਾਰ ਹੈ ਕਿ ਇਕੱਲੇ ਸਿੱਖ ਪ੍ਰਚਾਰਕ ਸਰਕਾਰ ਦੇ ਵਿਰੁੱਧ ਸਿੱਧੋ ਸਿੱਧੇ ਡਟਮੇ ਖੜ੍ਹੇ ਹਨ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਵੀ ਭਾਈ, ਗੱਲਾਂ ਇਹਦੇ ਵਿੱਚ ਕਈ ਕੈਂਗਲ ਨੇ ਜਿਨ੍ਹਾਂ ਤੋਂ ਅਸੀਂ ਇਸ ਸਾਰੀ ਗੱਲ ਨੂੰ ਦੇਖ ਸਕਦੇ ਹਾਂ ਕਿ ਇੱਕ ਤਾਂ ਇਹ ਆ ਕਿ ਜਿਹੜਾ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਸਿੱਖ ਭੈਣ ਭਰਾ ਨੇ ਉਹਨਾਂ ਦਾ ਬੜਾ ਦਬਾਅ ਇਸ ਗੱਲ 'ਤੇ ਕਿ ਜਿਹੜਾ ਪਾਪ ਬਾਦਲ ਸਰਕਾਰ ਨੇ ਪੰਜਾਬ ਦੀ ਧਰਤੀ 'ਤੇ ਕਰਾਇਆ, ਸਮੁੱਚਾ ਸਿੱਖ ਜਗਤ ਆ ਜਿਹੜਾ ਉਹਨੂੰ ਇਸ ਪਾਪ ਦੇ ਵਿਰੁੱਧ, ਬਾਦਲਾਂ ਨੇ ਗੁਨਾਹ ਕੀਤਾ ਉਹਦੇ ਵਿਰੁੱਧ ਡਟਣਾ ਚਾਹੀਦਾ। ਸੋ ਉਹਨਾਂ ਵੱਲੋਂ ਨਿਰੰਤਰ ਇਸ ਤਰ੍ਹਾਂ ਦਾ ਦਬਾਅ ਪਾਇਆ ਜਾ ਰਿਹਾ ਕਿ ਜਿਹੜਾ ਵੀ ਪ੍ਰਚਾਰਕ ਸਿੱਖ ਪ੍ਰਚਾਰਕ ਆ ਜਿਹੜਾ ਉਹ ਇਸ ਸੰਘਰਸ਼ 'ਚ ਹਿੱਸਾ ਨਹੀਂ ਲਊਗਾ, ਉਹਨੂੰ ਅਸੀਂ ਵਿਦੇਸ਼ਾਂ ਦੀ ਧਰਤੀ 'ਤੇ ਨਾ ਬੁਲਾਵਾਂਗੇ ਅਤੇ ਨਾ ਬੋਲਣ ਦੇਵਾਂਗੇ। ਸੋ ਉਹ ਜਿਹੜਾ ਵਿਦੇਸ਼ਾਂ 'ਚ ਬੈਠੇ ਸਿੱਖ ਸੰਗਤਾਂ ਦਾ ਦਬਾਅ, ਉਹਦੇ ਕਾਰਨ ਵੀ ਜਿਹੜਾ ਇਸ ਵੇਲੇ ਜਿਹੜਾ ਸਿੱਖ ਪ੍ਰਚਾਰਕਾਂ ਵੱਲੋਂ ਇੱਕ ਬੜਾ ਸਰਕਾਰ ਦੇ ਵਿਰੁੱਧ ਡਟਵਾਂ ਸਟੈਂਡ ਆ ਜਿਹੜਾ ਲਿਆ ਗਿਆ ਅਤੇ ਉਹ ਜਿਹੜਾ ਉਹਦੇ 'ਚ ਉਹਦਾ ਵੀ ਹਿੱਸਾ। ਦੂਸਰੀ ਗੱਲ ਜਿਹੜੀ ਇਸ ਜਿਹੜਾ ਅੱਜ ਦਾ ਮਤਲਬ ਜਿਹੜਾ ਅੱਜ ਦਾ ਮਾਰਚ ਸੀ ਜਾਂ ਅੱਜ ਦਾ ਘਰਾਓ ਆ ਸਿੱਖ ਪ੍ਰਚਾਰਕਾਂ ਵੱਲੋਂ, ਇਹਦੀ ਜਿਹੜੀ ਸਭ ਤੋਂ ਮੁੱਖ ਗੱਲ ਸੀ ਜਿਹੜੀ ਉਸ ਦਿਨ ਬਰਗਾੜੀ ਦੇ ਵਿੱਚ ਕੀਤੀ ਗਈ ਕਿ ਸਿੱਖ ਪ੍ਰਚਾਰਕ ਨੇ ਜਿਹੜੇ ਉਹ ਆਪਣੇ ਖੂਨ ਦਾ ਪਿਆਲਾ ਬਾਦਲ ਨੂੰ ਪੇਸ਼ ਕਰਨਗੇ। ਸ਼ਾਇਦ ਦੁਨੀਆ ਦੇ ਵਿੱਚ ਇਹ ਇੱਕ ਬੜਾ ਮਤਲਬ ਅਨੋਖੇ ਪ੍ਰਤੀਕ ਵਜੋਂ ਗੱਲ ਜਾਣੀ ਸੀ ਕਿ ਕੌਮ ਦੇ ਪ੍ਰਚਾਰਕ ਨੇ ਜਿਹ 'ਚ ਸੰਤ ਮਹਾਂਪੁਰਸ਼ ਨੇ, ਮਤਲਬ ਧਾਰਮਿਕ ਸ਼ਖਸੀਅਤਾਂ ਨੇ ਸਾਰੀਆਂ, ਉਹਨਾਂ ਵੱਲੋਂ ਆਪਣੇ ਖੂਨ ਦਾ ਪਿਆਲਾ ਜਿਹੜਾ ਬਾਦਲ ਨੂੰ ਪੇਸ਼ ਕਰਨਾ ਸੀ ਉਹਦਾ ਇੱਕ ਆਪਣਾ ਮਤਲਬ ਪੂਰੀ ਦੁਨੀਆ ਦੇ ਵਿੱਚ ਇੱਕ ਆਪਣਾ ਸੁਨੇਹਾ ਜਾਣਾ ਸੀ, ਪਰੰਤੂ ਪਤਾ ਨਹੀਂ ਕਿਉਂ ਕੀ ਕਾਰਨ ਆ
कि वो खून का प्याला देने की थान जिहड़ा अज बहानेबाजी की गई है जो उत्थे पत्रकारा ने पूछा कि तुसी खून का प्याला जिहड़ा वह क्यों नहीं पेश किया तो उहदे जवाब च जिहड़े मतलब आगू ने अज दे इस मार्च दे उन्हां वल्लों यह किया गया कि जो असी अपना आप ही मतलब बादल नूं पेश करता तो साडा खून उहदे विच ही आ गया। सो इस गल च बहुत वड्डा अंतर है कि एक पासे तुसी खून का प्याला जिहड़ा अपना खून कढ़ा के उहदा प्याला बादल नूं पेश करना सी ਉਹਦਾ ਜਿਹੜਾ ਸੁਨੇਹਾ ਜਾਣਾ ਸੀਗਾ ਮੀਡੀਆ ਦੇ ਥਰੂ ਜਾਂ ਸੋਸ਼ਲ ਮੀਡੀਆ ਦੇ ਥਰੂ ਉਹਦਾ ਇੱਕ ਵੱਖਰਾ ਸੁਨੇਹਾ ਸੀ ਪਰੰਤੂ ਜਿਹੜਾ ਅੱਜ ਉਸ ਗੱਲ ਨੂੰ ਮਤਲਬ ਇੱਕ ਦਲੀਲਬਾਜ਼ੀ 'ਚ ਬਦਲਤਾ ਕਿ ਸਾਡਾ ਖੂਨ ਅਸੀਂ ਆਪਣੇ ਆਪ ਨੂੰ ਪੇਸ਼ ਕਰਤਾ ਸਾਡੇ 'ਚ ਸਾਡਾ ਖੂਨ ਹੈਗਾ ਹੀ ਆ ਉਹ ਵੀ ਆਪਣੇ ਆਪ ਪੇਸ਼ ਹੋ ਗਿਆ ਸੋ ਇਹ ਜਿਹੜੀ ਦਲੀਲਬਾਜ਼ੀ ਦੇ ਨਾਲ ਜਿਹੜੀ ਮੁੱਖ ਗੱਲ ਸੀ ਜਿਹੜੀ ਉਹਨੂੰ ਮਤਲਬ ਪਿੱਛੇ ਸੁੱਟਿਆ ਗਿਆ ਮੈਨੂੰ ਇਹ ਗੱਲ ਮੇਰੀ ਸਮਝ 'ਚ ਨਹੀਂ ਆਈ ਉਹਦੇ ਨਾਲ ਅੱਜ ਦਾ ਜਿਹੜਾ ਇਹ ਮਾਰਚ ਆ ਉਹਦਾ ਪ੍ਰਭਾਵ ਜ਼ਰੂਰ ਘਟਿਆ ਅਤੇ ਹੁਣ ਪਰੰਤੂ ਕਿਉਂਕਿ ਸਿੱਖ ਪ੍ਰਚਾਰਕ ਸਿੰਘ ਸੰਤ ਮਹਾਂਪੁਰਸ਼ ਨੇ ਜਿਹੜੇ ਉਹ ਡਟੇ ਹੋਏ ਨੇ ਜੇ ਉਹ ਉੱਥੋਂ ਉਹ ਕੋਈ ਪ੍ਰਾਪਤੀ ਕਰਕੇ ਉੱਠਦੇ ਨੇ ਦੋ ਸਿੰਘਾਂ ਨੂੰ ਰਿਹਾਅ ਕਰਵਾ ਲੈਂਦੇ ਨੇ ਅਤੇ ਮੈਂ ਸਮਝਦਾ ਕਿ ਅੱਜ ਦਾ ਜਿਹੜਾ ਉਹਨਾਂ ਦਾ ਸੰਘਰਸ਼ ਆ ਇਹ ਪੂਰਨ ਰੂਪ ਵਿੱਚ ਸਫਲ ਆ ਭਾਵੇਂ ਕਿ ਉਹਨਾਂ ਨੇ ਪਿਆਲਾ ਦਿੱਤਾ ਨਹੀਂ ਦਿੱਤਾ ਅਸੀਂ ਇਸ ਗੱਲ ਨੂੰ ਭੁੱਲ ਕੇ ਜੇ ਅੱਜ ਉੱਥੋਂ ਕੋਈ ਪ੍ਰਾਪਤੀ ਕਰਕੇ ਉੱਠਦੇ ਨੇ ਤਾਂ ਅਸੀਂ ਉਹਨਾਂ ਉਸ ਗੱਲ ਨੂੰ ਇਹਨਾਂ ਪ੍ਰਚਾਰਕਾਂ ਦੀ ਇਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਬਹੁਤ ਵੱਡੀ ਸਫਲਤਾ ਮੰਨਾਂਗੇ ਸੋ ਹੁਣ ਇਹ ਆਪਣੇ ਸਟੈਂਡ 'ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਨੇ ਜਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਖੂਨ ਦੇ ਪਿਆਲੇ ਵਾਂਗੂ ਕੋਈ ਦਲੀਲਬਾਜ਼ੀ ਦੇ ਨਾਲ ਆਪਣਾ ਸੰਘਰਸ਼ ਆ ਜਿਹੜਾ ਇਹਨੂੰ ਅੱਗੇ ਪਾਉਂਦੇ ਆ ਜਾਂ ਮੁਲਤਵੀ ਕਰਦੇ ਆ ਜਾਂ ਕੁਛ ਹੋਰ ਕਰਦੇ ਆ ਸੋ ਇਹ ਸਾਰਾ ਕੁਝ ਅੱਜ ਜਿਹੜਾ ਨਤੀਜਾ ਨਿਕਲੂਗਾ ਸਾਡੇ ਸਾਹਮਣੇ ਉਹਦੇ 'ਤੇ ਨਿਰਭਰ ਕਰਦਾ ਕਿ ਅਸੀਂ ਅੱਜ ਦਾ ਸੰਘਰਸ਼ ਆ ਜਿਹੜਾ ਸਿੱਖ ਪ੍ਰਚਾਰਕਾਂ ਵੱਲੋਂ ਸਿੱਧੀ ਸਿੱਧੀ ਸਰਕਾਰ ਦੇ ਨਾਲ ਪਹਿਲੀ ਵਾਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਹਿਲੀ ਵਾਰ ਉਹਨਾਂ ਨੇ ਸਿੱਧਾ ਸਿੱਧਾ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗਲਾ ਜਿਹੜਾ ਵਜਾਇਆ ਉਹਨੂੰ ਅਸੀਂ ਸਫਲ ਮੰਨਾਂਗੇ ਜਾਂ ਜਿਹੜਾ ਹੁਣ ਤੱਕ ਇੱਕ ਤਰ੍ਹਾਂ ਦਾ ਇਲਜ਼ਾਮ ਲੱਗਦਾ ਕਿ ਜਦੋਂ ਸਰਕਾਰ ਦਾ ਦਬਾਅ ਵੱਧਦਾ ਅਤੇ ਉਦੋਂ ਜਿਹੜੇ ਇਹ ਸਿੱਖ ਪ੍ਰਚਾਰਕ ਨੇ ਇਹ ਪਿੱਛੇ ਹਟ ਜਾਂਦੇ ਸੋ ਇਹ ਅੱਜ ਮੈਂ ਸਮਝਦਾ ਕਿ ਇਸ ਗੱਲ ਦਾ ਨਿਤਾਰਾ ਜਿਹੜਾ ਅੱਜ ਦਾ ਇਹ ਸੰਘਰਸ਼ ਜਦੋਂ ਸਮਾਪਤ ਹੋਊਗਾ ਸਫਲਤਾ ਨਾਲ ਸਮਾਪਤ ਹੁੰਦਾ ਜਾਂ ਬਹਾਨੇਬਾਜ਼ੀ ਨਾਲ ਸਮਾਪਤ ਹੁੰਦਾ ਸੋ ਉਸ ਤੋਂ ਬਾਅਦ ਅਸੀਂ ਇਸ ਦੀ ਜਿਹੜੀ ਪੂਰਨ ਰੂਪ ਦੇ ਵਿੱਚ ਸਫਲ ਦੇ ਆਪਣੇ ਦੀ ਸੰਘਰਸ਼ ਦੀ ਜਿਹੜੀ ਪੂਰਨ ਰੂਪ ਦੇ ਵਿੱਚ ਵਿਆਖਿਆ ਜਿਹੜੀ ਉਸ ਤੋਂ ਬਾਅਦ ਕਰ ਸਕਾਂਗੇ। ਕੀ ਵਰਤਮਾਨ ਸਿੱਖ ਸੰਘਰਸ਼ ਨੂੰ ਥਾਂ ਥਾਂ 'ਤੇ ਧੜਿਆਂ ਦੇ ਵਿੱਚ ਵੰਡ ਕੇ ਕਮਜ਼ੋਰ ਨਹੀਂ ਕੀਤਾ ਜਾ ਰਿਹਾ? ਦੇਖੋ ਭਾਅ ਜੀ, ਜਿੱਥੋਂ ਤੱਕ ਗੱਲ ਇਹ ਹੈ ਕਿ ਸੰਘਰਸ਼ ਨੂੰ ਥਾਂ ਥਾਂ ਵੰਡਣਾ ਤੋ ਇਹ ਤਾਂ ਮਤਲਬ ਸੰਘਰਸ਼ ਦੀ ਇੱਕ ਸਟ੍ਰੈਟਜੀ ਵੀ ਅਸੀਂ ਰਣਨੀਤੀ ਵੀ ਮੰਨ ਸਕਦੇ ਹਾਂ ਕਿ ਸੰਘਰਸ਼ ਆ ਜਿਹੜਾ ਉਹਨੂੰ ਥਾਂ ਥਾਂ ਵੰਡ ਕੇ ਵੱਖੋ ਵੱਖਰੇ ਹਿੱਸਿਆਂ 'ਚ ਵੰਡ ਕੇ ਵੱਖੋ ਵੱਖਰੀਆਂ ਧਿਰਾਂ ਨੇ ਜਿਹੜੀਆਂ ਉਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣ, ਇਹ ਤਾਂ ਇੱਕ ਸੰਘਰਸ਼ ਦੀ ਰਣਨੀਤੀ ਵੀ ਹੋ ਸਕਦੀ ਆ। ਪਰੰਤੂ ਜਿਹੜੀ ਗੱਲ ਤੁਸੀਂ ਨਾਲ ਦੀ ਨਾਲ ਕੀਤੀ ਹੈ ਕਿ ਵੱਖ ਵੱਖ ਧੜਿਆਂ 'ਚ ਕਿ ਮੈਂ ਚਾਹੁੰਦਾ ਕਿ ਮੇਰਾ ਧੜਾ ਜਿਹੜਾ ਇਹਦਾ ਨਾਮ ਅੱਗੇ ਆ ਜਾਵੇ, ਜਿਹੜੀ ਮਤਲਬ ਦੂਸਰਾ ਚਾਹੁੰਦਾ ਕਿ ਮੇਰੇ ਧੜੇ ਦਾ ਨਾਮ ਅੱਗੇ ਆ ਜਾਵੇ, ਮਤਲਬ ਇੱਕ ਜਿਹੜੀ ਨਾਂ ਕਮਾਉਣ ਦੀ ਦੌੜ ਲੱਗੀ ਆ ਇਸ ਸੰਘਰਸ਼ ਨੂੰ ਲੈ ਕੇ, ਇਹ ਬੇਹੱਦ ਖਤਰਨਾਕ ਆ ਅਤੇ ਇਹ ਨਹੀਂ ਹੋਣੀ ਚਾਹੀਦੀ ਕਿ ਸਾਰਿਆਂ ਨੂੰ, ਕਿਉਂਕਿ ਮੁੱਦਾ ਹੈ ਜਿਹੜਾ ਸਾਡਾ ਸੰਘਰਸ਼ ਦਾ ਕੇਂਦਰ ਹੈ ਜਿਹੜਾ ਉਹ ਸਾਡੇ ਗੁਰੂ ਸਾਹਿਬ ਦਾ ਜਿਹੜੀ ਬੇਅਦਬੀ ਹੋਈ ਆ ਉਹ ਮੁੱਦਾ ਹੈ, ਸਾਡੇ ਬਾਪ ਦੀ ਜਿਹੜੀ ਪੱਗ ਰੋਲੀ ਗਈ ਆ ਉਹ ਮੁੱਦਾ ਹੈ, ਸਾਡੇ ਬਾਪ ਦੇ ਅੰਗਾਂ ਦਾ ਕਤਲੇਆਮ ਹੋ ਕੇ ਉਹਨਾਂ ਨੂੰ ਗਲੀਆਂ ਬਾਜ਼ਾਰਾਂ ਦੇ ਵਿੱਚ ਰੋਲਿਆ ਗਿਆ, ਮੁੱਦਾ ਸਾਡਾ ਉਹ ਆ। ਸੋ ਇਸ ਮੁੱਦੇ ਨੂੰ ਜੇ ਕੋਈ ਆਪਣੀ ਚੌਧਰ ਚਮਕਾਉਣ ਲਈ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਵਰਤਦਾ ਤਾਂ ਮੈਂ ਸਮਝਦਾ ਕਿ ਉਹ ਵੀ ਪਾਪੀ ਅਤੇ ਗੁਨਾਹਗਾਰ ਹੈ। ਸੋ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਸੰਘਰਸ਼ ਆ ਜਿਹੜਾ ਭਾਵੇਂ ਉਹਨੂੰ ਵੰਡ ਕੇ ਵੱਖੋ ਵੱਖਰੇ ਭਾਗਾਂ 'ਚ ਵੰਡ ਕੇ ਉਹਨੂੰ ਲੜਿਆ ਜਾਵੇ ਉਹਦੇ ਵਿੱਚ ਕੋਈ ਮਤਲਬ ਮਾੜੀ ਗੱਲ ਨਹੀਂ, ਉਹ ਇੱਕ ਰਣਨੀਤੀ ਦਾ ਹਿੱਸਾ ਹੁੰਦਾ। ਪਰੰਤੂ ਜੇ ਅਸੀਂ ਉਹਨੂੰ ਧੜਿਆਂ 'ਚ ਵੰਡ ਕੇ ਇਸ ਸੰਘਰਸ਼ ਨੂੰ ਲੜਦੇ ਹਾਂ ਅਤੇ ਇੱਕ ਧੜਾ ਦੂਜੇ ਧੜੇ ਦਾ ਸਾਥ ਦੇਣ ਦੀ ਬਜਾਏ ਉਲਟਾ ਉਹਦੀਆਂ ਲੱਤਾਂ ਖਿੱਚਦਾ, ਫਿਰ ਇਹ ਕੌਮ ਦੇ ਨਾਲ ਗਦਾਰੀ ਵੀ ਆ, ਅਕਿਰਤ ਘਣਤਾ ਵੀ ਆ, ਅਤੇ ਮੈਂ ਸਮਝਦਾ ਕਿ ਗੁਨਾਹ ਵੀ ਆ। ਸਾਡਾ ਸਭ ਤੋਂ ਅਖੀਲਾ ਸਵਾਲ ਇਸ ਮੁੱਦੇ ਤੋਂ ਬਿਲਕੁਲ ਹਟ ਕੇ ਹੈ। ਅੱਜ ਹਿੰਦੂ ਧਰਮ ਦਾ ਕਰਵਾ ਚੌਥ ਵਰਤ ਹੈ, ਭਾਵੇਂ ਕਿ ਬਰਗਾੜੀ ਦੇ ਵਿੱਚ ਸਿੰਘ ਸੰਗਤਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ, ਪਰੰਤੂ ਅੱਜ ਜਿਨ੍ਹਾਂ ਵਿਅਕਤੀਆਂ ਦੇ ਨਾਮ ਨਾਲ ਸਿੰਘ ਲੱਗਦਾ ਹੈ ਅਤੇ ਜਿਨ੍ਹਾਂ ਔਰਤਾਂ ਦੇ ਨਾਮ ਦੇ ਨਾਲ ਕੌਰ ਰੱਖਦਾ ਹੈ ਉਹ ਕਿਤੇ ਹਿੰਦੂ ਧਰਮ ਦੇ ਨਾਲੋਂ ਵੱਧ ਵਰਤ ਰੱਖ ਕੇ ਬੈਠੇ ਹਨ, ਤੁਸੀਂ ਅਜਿਹੇ ਕੱਚੇ ਸਿੱਖਾਂ ਬਾਰੇ ਕੀ ਟਿੱਪਣੀ ਕਰਦੇ ਹੋ? ਇੱਕ ਛੋੜ ਦੂਜੇ ਲਾਗੇ ਡੁੱਬੇ ਸੇ ਬਣ ਜਾ ਰਿਹਾ, ਦੂਜਾ ਅੱਜ ਪਹਿਰੇਦਾਰ ਦੀ ਸੰਪਾਦਕੀ ਵੀ ਆ ਕਿ ਕਰਵਾ ਚੌਥ ਬਨਾਮ ਸਿੱਖ ਬੀਬੀਆਂ, ਤੀਸਰਾ ਗੁਰਬਾਣੀ ਦੀ ਇਸ ਵਰਤ ਬਾਰੇ, ਕਰਵਾ ਚੌਥ ਦੇ ਵਰਤ ਬਾਰੇ ਇੱਕ ਬਹੁਤ ਸਖਤ ਟਿੱਪਣੀ ਆ, ਅੰਨ ਛੋੜ ਜੋ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਮੈਂ ਸਮਝਦਾ ਕਿ ਇਸ ਤੋਂ ਅੱਗੇ ਕੋਈ ਗੱਲ ਕਹੀ ਨਹੀਂ ਜਾ ਸਕਦੀ ਜੀ। ਜੇ ਉਸ ਦੇ ਬਾਵਜੂਦ ਗੁਰਬਾਣੀ ਨੂੰ ਮੰਨਣ ਵਾਲੇ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ,
ਇਹਨਾਂ ਪਖੰਡਾਂ ਦੇ ਵਿੱਚ, ਇਹਨਾਂ ਕਰਮਕਾਂਡਾਂ ਦੇ ਵਿੱਚ, ਇਹਨਾਂ ਫੋਕਟ ਕਰਮਕਾਂਡਾਂ ਦੇ ਵਿੱਚ, ਇਹਨਾਂ ਅਡੰਬਰਾਂ ਦੇ ਵਿੱਚ ਫਸੇ ਹੋਏ ਨੇ, ਤਾਂ ਇਹਦਾ ਮਤਲਬ ਉਹ ਗੁਰੂ ਨੂੰ ਨਹੀਂ ਮੰਨਦੇ, ਉਹ ਗੁਰੂ ਦੀ ਵੀ ਨਹੀਂ ਮੰਨਦੇ। ਸੋ ਫਿਰ ਉਹਨਾਂ ਨੂੰ ਆਪਣੇ ਆਪ ਨੂੰ, ਮੈਂ ਸਮਝਦਾ ਕਿ ਨਾ ਸਿੱਖ ਕਹਾਉਣ ਦਾ ਨਾ ਸਿੰਘ ਕਹਾਉਣ ਦਾ ਕੋਈ ਅਧਿਕਾਰ ਨਹੀਂ। ਇਸ ਤੋਂ ਅੱਗੇ ਤਾਂ ਇਸ ਸੰਬੰਧ ਦੇ ਵਿੱਚ ਕੋਈ ਗੱਲ ਸ਼ਾਇਦ ਨਹੀਂ ਕੀਤੀ ਜਾ ਸਕਦੀ। ਜਿਹੜਾ ਗੁਰਬਾਣੀ ਨੇ ਨਿਰਣਾ ਦਿੱਤਾ, ਉਸ ਤੋਂ ਅੱਗੇ ਕੋਈ ਗੱਲ ਬੰਦਾ ਕਹਿ ਹੀ ਨਹੀਂ ਸਕਦਾ। ਕਿ ਇੱਕ ਪਾਸੇ ਤਾਂ ਇਹ ਵਰਤ ਆ ਜਿਹੜਾ, ਇਹ ਕਿਹਾ ਜਾਂਦਾ ਕਿ ਅੱਜ ਔਰਤ ਆ ਜਿਹੜੀ ਉਹ ਸਾਰਾ ਦਿਨ ਭੁੱਖੀ ਰਹੂਗੀ ਅਤੇ ਉਹਦੇ ਪਤੀ ਦੀ ਉਮਰ ਆ ਜਿਹੜੀ ਉਹ ਲੰਬੀ ਹੋਊਗੀ। ਅਤੇ ਗੁਰਬਾਣੀ ਕਹਿੰਦੀ ਆ ਕਿ ਜਿਹੜਾ ਔਰਤ ਇਸ ਤਰ੍ਹਾਂ ਦਾ ਪਖੰਡ ਕਰਦੀ ਆ, ਅਤੇ ਨਾ ਉਹ ਸੁਹਾਗਣਾਂ 'ਚ ਆ ਅਤੇ ਨਾ ਉਹ ਰੰਡੀਆਂ 'ਚ ਆ, ਇਸ ਤੋਂ ਵੱਡੀ ਚਪੇੜ ਇਸ ਪਖੰਡ ਨੂੰ ਸ਼ਾਇਦ ਹੋਰ ਨਹੀਂ ਵੱਜ ਸਕਦੀ। ਅਤੇ ਫਿਰ ਵੀ ਜੇ ਸਾਡੀ ਕੌਮ ਦੀਆਂ ਬੀਬੀਆਂ ਉਸ ਗੁਰਬਾਣੀ ਦੀ ਇਸ ਜਿਹੜੇ ਅਰਥ ਨੇ ਉਹਨਾਂ ਨੂੰ ਸਮਝਣ ਦਾ ਯਤਨ ਨਹੀਂ ਕਰਦੀਆਂ, ਤਾਂ ਫਿਰ ਉਹਨਾਂ ਦੀ ਮਰਜ਼ੀ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫਿਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।